ਸਾਰਿਆਂ ਨੂੰ ਅੱਜ ਅਸੀਂ ਸਾਡੀ ਕਾਲਬਿੰਗ ਸ਼ੁਰੂ ਹੋ ਗਈ ਹੈ ਬਿਜ਼ੀ ਹੁਣ ਬਹੁਤ ਜ਼ਿਆਦਾ ਹੋ ਗਏ ਹਾਂ ਅਤੇ ਅੱਜ ਬੱਚਿਆਂ ਨੂੰ ਫੀਡ ਕਰਦੇ ਤੁਹਾਨੂੰ ਕਾਫ ਮੈਨੇਜਮੈਂਟ ਦੱਸਦੇ ਵੀ ਕਾਫ ਮੈਨੇਜਮੈਂਟ ਅਸੀਂ ਕਿਵੇਂ ਕਰਦੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਬੰਦੇ ਇੱਥੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਪਰ ਇੰਡੀਆ ਕਈ ਬੰਦੇ ਪੁੱਛਦੇ ਹੋ ਤੁਸੀਂ ਕਿੱਦਾਂ ਬੱਚਿਆਂ ਨੂੰ ਫੀਡ ਕਰਦੇ ਹੋ ਅਸੀਂ ਗਾਈਆਂ ਚੱਕ ਲਿਆਉਂਦੇ ਜਦੋਂ ਬੱਚੇ ਗਾਂ ਰਾਤ ਨੂੰ ਸੂਈ ਚੱਕ ਕੇ ਲਿਆਉਂਦੇ ਬੱਚੇ ਅਸੀਂ ਅੱਜ ਦਾ ਪੀਣ ਬਣਾਏ ਹੋਏ ਆ ਮਤਲਬ ਨਿੱਕੇ ਨਿੱਕੇ ਨਾ ਬਾਕਸ ਬਣਾਏ ਹੋਏ ਆ 1 2 3 4 ਇੱਧਰ ਹੈ ਅਤੇ 4 ਹੀ ਉਹਦੇ ਪਰਲੇ ਪਾਸੇ ਆ 8 ਪੀਣ ਆ ਇੱਧਰ ਠੀਕ ਹੈ ਜੀ ਅਤੇ ਜਿਹੜੇ ਬੱਚੇ ਹੁੰਦੇ ਆ ਮਤਲਬ ਜਿਹੜੀਆਂ ਤਾਂ ਬੱਚੀਆਂ ਅਸੀਂ ਰੱਖਦੇ ਹੋ ਰਿਪਲੇਸਮੈਂਟ ਅਸੀਂ ਰੱਖਦੇ ਉਹ ਬੱਚੀਆਂ ਜਿਹੜੀਆਂ ਸਾਡੀਆਂ ਰਿਪਲੇਸਮੈਂਟ ਹੁੰਦੀਆਂ ਮਤਲਬ ਜਿਹੜੀਆਂ ਸਾਡੀਆਂ ਏ ਬੀ ਟੈਕਨੀਸ਼ੀਅਨ ਸਾਡੇ ਏ ਬੀ ਦੁਆਰਾ ਸਾਡੀਆਂ ਜਿਹੜੀਆਂ ਗਾਈਆਂ ਹੁੰਦੀਆਂ ਹੁੰਦੀਆਂ ਅਤੇ ਮਤਲਬ ਪਹਿਲੇ 6 ਵੀਕਾਂ ਜਿੰਨੀਆਂ ਵੀ ਹੈਫਰਾਂ ਹੋਣਗੀਆਂ ਅਸੀਂ ਰੱਖਾਂਗੇ ਅਤੇ ਜਿਹੜੇ ਮਤਲਬ ਸਾਡੀਆਂ ਹੈਫਰਾਂ ਹੈ ਜਿਹੜੀਆਂ ਮਤਲਬ ਬੁੱਲਾਂ ਨੂੰ ਸਿੱਧੀਆਂ ਡਾਇਰੈਕਟ ਮਤਲਬ ਜਿਨ੍ਹਾਂ ਦੀ ਦੇਸੀ ਜਿਹੜੇ ਕਹਿ ਲਓ ਵੀ ਸਾਡੇ ਬੁੱਲ ਆਉਂਦੇ ਹੁੰਦੇ ਆ ਜਰਸੀ ਬੁੱਲ ਆਉਂਦੇ ਆ ਫਾਰਮ 'ਤੇ ਅਸੀਂ ਉਹ ਉਹਨਾਂ ਦੇ ਹੈਫਰਾਂ ਜਿਹੜੀਆਂ ਹੁੰਦੀਆਂ ਥੋੜ੍ਹੇ ਛੋਟੇ ਹੁੰਦੇ ਆ ਅਸੀਂ ਉਹ ਰੱਖਦੇ ਨੀਗੇ ਉਹ ਸਾਰੇ ਟਪਾਉਂਦੇ ਅਸੀਂ ਅਤੇ ਜਿਵੇਂ ਪਹਿਲੇ ਦਿਨ ਇੱਥੇ ਆ ਗਏ ਆਹ ਜਿਹੜੇ ਸਾਡੇ ਫੀਡਰ ਹੈ ਇੱਥੋਂ ਜਿੰਨੇ ਬੱਚੇ ਦੁੱਧ ਇੱਥੋਂ ਪੀਂਦੇ ਆ ਅਤੇ ਇੱਥੋਂ ਅਤੇ ਸੈਕਿੰਡ ਡੇ ਫਿਰ ਅਸੀਂ ਇਹਨਾਂ ਨੂੰ ਤੋਰਾਂਗੇ ਐਸ ਦਿਨ 'ਤੇ ਥਰਡ ਡੇ ਉੱਥੇ ਫੋਰਥ ਡੇ ਆਉਣਗੀਆਂ ਐਸ 'ਚ ਉੱਥੇ ਜਦੋਂ ਉੱਥੇ ਦੇਣਾ ਆਇਆ ਨਾ ਫਿਰ ਟਰੱਕ ਆਉਂਦਾ ਇੱਥੇ ਚੱਕਣ ਥੋੜ੍ਹਾ ਜਿਹੜਾ ਬਾਕਸ ਬਣਿਆ ਹੋਇਆ ਫਿਰ ਉਹਦੇ 'ਤੇ ਲੋਡ ਕਰ ਦਿੰਦੇ ਸਾਰੇ ਬੱਚੇ ਅਤੇ ਟਰੱਕ ਉੱਥੋਂ ਪਿੱਕ ਕਰਕੇ ਬੱਚੇ ਸਾਰੇ ਲੈ ਜਾਂਦਾ ਹਰੇਕ 4 ਦਿਨਾਂ ਦੇ ਬਾਅਦ 'ਚ ਅਸੀਂ ਜਿੰਨੇ ਬੱਚਿਆਂ ਦੇ ਸਾਰੇ ਅਸੀਂ ਮਤਲਬ ਟਰੱਕ 'ਤੇ ਲੋਡ ਕਰਾਉਂਦੇ ਹਾਂ ਆਹ ਪਹਿਲੇ ਦਿਨ ਹੋ ਗਏ ਤੁਹਾਨੂੰ ਦੁੱਧ ਇੱਥੋਂ ਪਿਆਦਾ ਆਹ ਫੀਡਰ ਇਹਨਾਂ ਦੇ ਇੱਕ ਬੱਚੇ ਨੂੰ ਅਸੀਂ ਜਿਹੜਾ ਦੁੱਧ ਪਿਆਉਂਦੇ ਹਾਂ ਉਹਦੇ ਵੇਟ ਦੇ 10% ਆਫ ਜਿਹੜੇ ਵੇਟ ਜਿਹੜਾ ਥਿਊਰੀ ਕਹਿੰਦੀ ਹੈ 10% ਉਹਦੇ ਵੇਟ ਦੇ ਅਕੋਰਡਿੰਗ ਦੁੱਧ ਪਿਓ ਬੱਚੇ ਨੂੰ ਮੰਨ ਲਓ 40 ਕਿਲੋ ਦਾ ਬੱਚਾ ਹੈ ਤੁਹਾਨੂੰ 4 ਕਿਲੋ ਦੁੱਧ ਦਿਓ ਤੁਸੀਂ 4 ਕਿਲੋ 4 ਤੋਂ 5 ਦਿਓ 40 ਘੱਟੋ ਘੱਟ ਦਿਓ ਅਤੇ ਮਤਲਬ ਜਿਹੜੇ ਜਰਸੀ ਕਾਫ ਹੁੰਦੇ ਥੋੜ੍ਹੇ ਛੋਟੇ ਹੁੰਦੇ ਆ ਜਿਹੜੇ ਉਸ ਤੋਂ ਬਾਅਦ 'ਚ ਜਿਹੜੇ ਕਹਿ ਲਓ ਵੀ ਕ੍ਰੋਸ ਬਰੀਡ ਵਾਲੇ ਆ ਥੋੜ੍ਹੇ ਜਿਹੇ ਮਤਲਬ ਵੱਡੇ ਹੁੰਦੇ ਆ ਜਾਂ ਫਰੀਜ਼ ਵਾਲੇ ਥੋੜ੍ਹੇ ਹੋਰ ਵੱਡੇ ਹੁੰਦੇ ਆ 80 ਕਿਲੋ ਜਿਵੇਂ ਕਹਿ ਲਓ ਵੀ 30-35 ਕਿਲੋ ਦਾ ਜਿਹੜਾ ਹੁੰਦਾ ਜਰਸੀ ਦਾ ਕਾਫ ਹੁੰਦਾ ਅਤੇ ਜਿਹੜੇ ਵੱਡੇ ਹੁੰਦੇ ਆ ਫਿਰ 40-45 ਤੱਕ ਵੀ ਹੋ ਜਾਂਦੇ ਆ 10% ਆ 3.5-4 ਕਿਲੋ ਦੇ ਵਿਚਾਲੇ ਲੈ ਕੇ ਅਸੀਂ 4.5 ਅਤੇ 5 ਦੇ ਵਿੱਚ ਬੱਚਿਆਂ ਦੁੱਧ ਪਿਆਉਂਦੇ ਹਾਂ ਇੱਥੇ ਹਰੇਕ ਬੱਚੇ ਨੂੰ ਮਿਲ ਕੇ ਅਤੇ ਆਹੀ ਸੀਗਾ ਆਹ ਜਿਹੜੀ ਸ਼ੇਵਿੰਗ ਹੁੰਦੀ ਇਹਨਾਂ ਦੀ ਪਾਈ ਹੁੰਦੀ ਆ ਇੱਥੇ ਰਹਿੰਦੇ ਆ ਜਿਹੜੀਆਂ ਰਿਪਲੇਸਮੈਂਟਾਂ ਹੋਣਗੀਆਂ ਅਸੀਂ ਇੱਧਰ ਰੱਖੀ ਚੱਲਾਂਗੇ ਅਤੇ ਜਿਵੇਂ ਇੱਥੇ ਕੁਛ ਵੀ ਕਰਾ ਕੇ 6 ਵੀ ਕਰਾ ਕੇ ਉਹ ਤੋਂ ਬਾਅਦ ਅਸੀਂ ਪੈਡਕਾਂ 'ਚ ਲੈ ਜਾਂਦੇ ਹਾਂ ਬੱਚਿਆਂ ਨੂੰ ਸਾਰਿਆਂ ਨੂੰ ਅਤੇ ਫਿਰ ਪੈਡਕਾਂ ਦੇ ਵਿੱਚ ਇਹਨਾਂ ਨੂੰ ਥੋੜ੍ਹੀ ਫੀਡ ਕਰਨ ਲੱਗ ਜਾਂਦੇ ਸ਼ੁਰੂ ਕਰ ਦਿੰਦੇ ਅਸੀਂ ਫੀਡ ਅਤੇ ਮਿਲਕ ਫਿਰ ਜਦੋਂ ਰਿਮਨ ਡਿਵੈਲਪ ਹੋ ਜਾਂਦਾ ਫਿਰ ਅਸੀਂ ਇਹਨਾਂ ਨੂੰ ਮਤਲਬ ਵੇਟ ਕਰਦੇ ਹਾਂ ਬੱਚਿਆਂ ਦਾ ਜਦੋਂ ਬੱਚੇ ਸਾਡਾ ਟਾਰਗੇਟ ਵੇਟ ਆ ਜਿਵੇਂ 90 ਕਿਲੋ ਲਾ ਲਓ ਜਾਂ ਕਿਸੇ ਦਾ 100 ਕਿਲੋ ਲਾ ਲਓ ਜਾਂ 110 ਲਾ ਲਓ ਜੇ ਸਾਡਾ ਟਾਰਗੇਟ ਵੇਟ ਸਾਡਾ ਪੂਰਾ ਹੋ ਜਾਂਦਾ ਤਾਂ ਫਿਰ ਅਸੀਂ ਇਹਨਾਂ ਨੂੰ ਕੱਲੇ ਘਾਹ 'ਤੇ ਰੱਖ ਦਿੰਦੇ ਹਾਂ ਅਤੇ ਸਾਡਾ ਮੇਨ ਸਾਡਾ ਇਹੀ ਤੁਹਾਨੂੰ ਦੱਸਦੇ ਬੱਚਿਆਂ ਬਾਰੇ ਅਤੇ ਇੱਦਾਂ ਅਸੀਂ ਇੱਥੇ ਐਂ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਤੁਹਾਨੂੰ ਹੋਰ ਵੀ ਨਿੱਕੇ ਨਿੱਕੇ ਚੀਜ਼ਾਂ ਛੋਟੀਆਂ ਸ਼ੋਰਟ ਵੀਡੀਓਜ਼ ਬਣਾ ਕੇ ਪਾਇਆ ਕਰਾਂਗੇ ਕਿਉਂਕਿ ਬੰਦੇ ਕਹਿੰਦੇ ਸ਼ੋਰਟ ਵੀਡੀਓਜ਼ ਪਾਇਆ ਕਰੋ ਅਤੇ ਮਤਲਬ ਇੱਕ ਵੀਡੀਓ ਸਾਰਾ ਕੁਝ ਦੱਸਣ ਨਾਲੋਂ 2-3 ਮਿੰਟ ਦੀ ਵੀਡੀਓਜ਼ ਅਸੀਂ ਪਾਇਆ ਕਰਨੀ ਹੈ ਅਤੇ ਵਧੀਆ ਲੱਗੇ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਜੋ ਆਲਰੇਡੀ ਕਰ ਚੁੱਕੇ ਹੋ ਥੈਂਕ ਯੂ ਵੈਰੀ ਮੱਚ ਅਤੇ ਦੈਟਸ ਇਟ ਫੋਰ ਦਾ ਡੇ ਹੁਣ ਬਿਜ਼ੀ ਬਹੁਤ ਹੈ ਅਤੇ ਅਸੀਂ ਚੱਲਦੇ ਹਾਂ ਅਤੇ ਕਰਦੇ ਹਾਂ ਕੰਮ ਥੈਂਕ ਯੂ ਵੈਰੀ ਮੱਚ